ਜਦ ਮਾਈ ਸਾਹਿਬ ਉਸਨੂੰ ਅਜੇ ਸਾਨੂੰ ਅੱਜ ਤੱਕ ਇਹ ਨਹੀਂ ਸੀ ਪਤਾ ਵੀ ਸਰਦਾਰ ਕਿਹੜਾ ਕਰਦੇ ਤੇ ਸਦਾਰਾ ਦੇਖ ਚਾਰ ਪੰਜਾਬ ਅਵੇ ਪਰਦਾ ਪੁੱਤਾ ਥਾ ਸਦਾਰਾ ਦੇ ਘਰ ਹਾਂ ਪਰਦਾ ਬਖੇਰਾ ਤਾਂ ਬਖਸ਼ ਜੀ ਨੇ ਤਾਂ ਪਰਦਾ ਪਹਿਲੇ ਦਿਨ ਦਾ ਲਾਇਆ ਵਾ ਅੱਛਾ ਬੇਪਰਦ ਨਹੀਂ ਬਾਪ ਨੇ ਜਿਆਦਾ ਨੀ ਉਸ ਤੇ ਪਰੇ ਫਿਰ ਉਸ ਤੇ ਪਰੇ ਬਜ਼ਾਰਾਂ ਦਾ ਕੋਟਲਾ ਤਾ ਇੱਕ ਦਿਨ ਮੁੰਡਾ ਕੋਟਲਾ ਤਾ ਉਸ ਤੇ ਪਰੇ ਕਾਇਨਾ ਹੋਰ ਦਾ ਕੋਟਲਾ ਉੱਥੇ ਤਾਂ ਮੁਰਹੇੜਾ ਰਕੇ ਤੇ ਉੱਪਰ ਕੋਠੇ ਤੇ ਫਿਰਦੀਆਂ ਸਾਰੀਆਂ ਹੀ ਉੱਧਰ ਉੱਧਰ ਹੀ ਖੜੀਆਂ ਹੋ ਜਾਂਦੀਆਂ ਤੂੰ ਦੇਖਦੀਆਂ ਨਾ ਮੈਂ ਦੂਰ ਤੇ ਉਹ ਕਿੱਥੇ ਅੱਧੇ ਪਿੰਡਾਂ ਗ੍ਰੇਡੇ ਤਾਂ ਸਰਦਾਰ ਨੂੰ ਕੋਈ ਜਾਇਦਾਦ ਨਹੀਂ ਸੀ ਮੁੱਲ ਮੁੱਲ ਖਰੀਦੀ ਵੀ ਹੋਣੀ ਜੱਦੀ ਨਹੀਂ ਹੋਣੀ ਕੀ ਦੀ ਮਾਲੂ ਵਾਲੇ ਜੀ ਮਾਲੂ ਵਾਲੇ ਤਾਂ ਗੁਲਾਮ ਭੀਖ ਨਾ ਦੇ ਦਿੱਤੀ ਸੀ ਦੁੱਖ ਦੇ ਮਾਰੇ ਨੇ ਹਜ਼ਾਰੋ ਜੂੜ ਦਿੰਦੇ ਬਾਰਾਂ ਚੌਦਾਂ ਖਾਣੀ ਚੌਦਾਂ ਹਜ਼ਾਰ ਡਿੱਗੇ ਸੀ ਹਾਂਜੀ ਬਾਰਾਂ ਹਜ਼ਾਰ ਡਿੱਗੇ ਸੀ ਸਰਦਾਰਾਂ ਦੀ ਸਾਰੀ ਜ਼ਮੀਨ ਕਿੰਨੀ ਸੀ ਲੱਖ ਲੱਖ ਦੇ ਡਿੱਗੇ ਹਾਂ ਡਿੱਗੇ ਲੱਖ ਡਿੱਗੇ ਹੀ ਜ਼ਮੀਨ ਦਾ ਤੇ ਉੱਧਰ ਕੀਲਾ ਨਹੀਂ ਥਾ ਉੱਧਰ ਕੋਈ ਵੀ ਬਖਸ਼ੀ ਰਹੀਮ ਔਰ ਕਰੀਮ ਦੋਨੋਂ ਪਾਈਆਂ ਦੀ ਸਾਰੀ ਅੱਧੀ ਜਾਇਦਾਦ ਤਾਂ ਆ ਗਈ ਪੰਜ ਘਰਾਂ ਦੀ ਚੀਜ਼ ਮੈਂ ਤੈਨੂੰ ਦੱਸਾਂ ਅੱਧੀ ਜਾਇਦਾਦ ਅੱਧੀ ਮਾਈ ਕੱਲੀ ਦੀ ਭਾਈ ਨੂੰ ਨੌਕਰ ਵੀ ਬਖਸ਼ੀ ਜੀ ਨਹੀਂ ਕਰਵਾਇਆ ਫਿਰ ਉਹ ਆਪੇ ਗਿਆ ਕਿ ਤੂੰ ਕਿਤੇ ਜਮਾ ਹੀ ਜਾਣਾ ਹੋਣਾ ਜਦੋਂ ਉੱਤਰ ਕੇ ਆਇਆ ਗੜੀ ਤੇ ਅੱਛਾ ਪੈਦਾਇਸ਼ ਕਰੀਮ ਬਖਸ਼ ਦੀ ਰਹੀਮ ਬਖਸ਼ ਦੀ ਗੜੀ ਦੀ ਉਹ ਗੜੀ ਦੀ ਅੱਛਾ ਅੱਛਾ ਠੀਕ ਹੈ ਗੜੀ ਵਾਂ ਪਾਦਾ ਫਾਦਲ ਦੇ ਕੋਟਲੇ ਮੈਂ ਕੋਈ ਨਹੀਂ ਪਾਦਾ ਅੱਛਾ ਫਿਰ ਰਹੀਮ ਬਖਸ਼ ਨੂੰ ਛੁੱਟੀ ਕਰਾ ਦੇ ਵੀ ਤੂੰ ਘਰ ਚਲਾ ਜਾ ਇੱਥੇ ਨਾ ਰਹਿ ਚੋਰੀ ਹੋ ਗਿਆ ਤੇ ਉਹ ਕੌਣ ਕੀ ਵਾਕਿਆ ਸੀ ਉਹ ਤਾਂ ਇੱਥੇ ਦੇ ਸੀਗੇ ਚੋਰੀ ਨੀ ਹੋਇਆ ਇਹਨਾਂ ਅੰਗਰੇਜ਼ਾਂ ਨਾਲ ਝਗੜਾ ਹੋ ਗਿਆ ਤਾਂ ਉਹ ਕਹਿੰਦੇ ਤੇ ਵੀ ਅੰਗਰੇਜ਼ ਕਹਿੰਦੇ ਤੇ ਵੀ ਅਸੀਂ ਖੋਹ ਲੈਣੀ ਜਾਇਦਾਦ ਉੱਥੇ ਦਾ ਸੈਯਦ ਸੈਯਦ ਥਾ ਕੋਈ ਬੜਾ ਅਫਸਰ ਜਿਹੜਾ ਕੋਈ ਅੰਗਰੇਜ਼ਾਂ ਦਾ ਸਾਡੇ ਵਾਲਾ ਉੱਧਰ ਉਹਨਾਂ ਦੇ ਵੀ ਆਏ ਵੀ ਤੇ ਅੰਗਰੇਜ਼ ਵੀ ਬਸ ਉੱਥੇ ਬੈਠੇ ਆ ਬੈਠੇ ਬੈਠੇ ਕਹਿੰਦੇ ਬੇਦਮ ਪਾਣੀ ਪਿਲਾਣਾ ਕੌਣ ਕਹਿੰਦੇ ਸੈਯਦ ਸਮਾਣੇ ਵਾਲੇ ਸਮਾਣੇ ਦੇ ਸੈਯਦ ਤੇ ਸਮਾਣੇ ਦੇ ਸੈਯਦ ਬਹੁਤ ਬੜੇ ਚੜੇ ਚੜਾਏ ਚੰਦ ਸਾਹਿਬ ਇਹਨਾਂ ਤੇ ਘੇਰ ਲਾਇਆ ਤੁਮ ਬੜੇ ਵਿੱਚ ਬਸ ਤਾਂ
ਪਰੇ ਉਹ ਪਹਿਲਾ ਕਾਗਜ਼ ਨੀ ਹੋਗਾ ਤੇ ਰੋੜਾ ਰੋੜਾ ਤੇ ਉਹਨੂੰ ਚਪਾਲਕ ਨੂੰ ਚਪਾਲਕ ਚੱਪ ਤਾਂ ਹੁਣ ਸੁੱਕਾ ਕਾਗਜ਼ ਲੱਗੇ ਕੋਈ ਨਾ ਪਾਣੀ ਦੇ ਗੱਲ ਉਹਨੇ ਕਾਗਜ਼ ਬਣਵਾ ਤਾਂ ਹੁਣ ਉਹਨਾਂ ਮਿਸਲਾਵਾਂ ਤੇ ਉਹ ਕਾਗਜ਼ ਨਾ ਥਿਆ ਪਏ ਫਿਰ ਰਾਜੇ ਨੇ ਇਹਨਾਂ ਨੂੰ ਬਹੁਤ ਕੁਛ ਦਿੱਤਾ ਸਮਾਣੇ ਆਇਆ ਵੀ ਇਹ ਸਾਡੇ ਹਮਲਾ ਸਭ ਤੋਂ ਜ਼ਿਆਦਾ ਮੁਸ਼ਕਲ ਮੁਸਲਮਾਨ ਹੈ ਵੀ ਇਹਨਾਂ ਨੇ ਦੇਖੋ ਜੀ ਕਿਹੜੀ ਤਰਕੀਬ ਗੱਲ ਉਸ ਕਾਗਜ਼ ਦੀ ਉੱਥੇ ਬਥੇਰਾ ਪਰਿਆ ਤਲਾਸ਼ੀਆਂ ਲਏ ਤਿਆਰ ਕਰ ਕਹਿੰਦੇ ਕਹਿੰਦੇ ਜਿੱਥੇ ਮਰਜ਼ੀ ਲੈ ਲਓ ਜੀ ਤਲਾਸ਼ੀ ਸਾਡੇ ਕੋਲ ਤਾਂ ਹੈ ਹੀ ਨਹੀਂ ਕਾਗਜ਼ ਨੂੰ ਕੰਮ ਕਿੱਥੇ ਤੁਹਾਡੇ ਕੋਲ ਹੋਣਾ ਤੁਸੀਂ ਲੈ ਕੇ ਹੋਣੇ ਕਿੱਥੇ ਲਿਆ ਅੰਗਰੇਜ਼ਾਂ ਬਸ ਉਹਨਾਂ ਨੇ ਕਾਗਜ਼ ਨਹੀਂ ਮੈਂ ਇੱਕ ਦੋ ਜਗ੍ਹਾ ਤੋਂ ਰਾਇਤ ਸੁਣੀ ਕਿ ਕੋਈ ਆਪਣਾ ਬਖਸ਼ੀ ਰਹੀਮ ਬਖਸ਼ ਕੋਈ ਲੈ ਕੇ ਆਏ ਸਨ ਘੋੜੀ ਦੌੜਾ ਕੇ ਜਾਂ ਕਿਆ ਸੀ ਕਾਗਜ਼ ਲੈ ਕੇ ਆਏ ਸੀ ਜਾਂ ਕਿਲੇ ਤੋਂ ਦੌੜ ਕੇ ਆਏ ਸੀ ਕਿਤੇ ਤਿੰਨ ਤੇ ਲੈ ਕੇ ਆਏ ਉਹ ਤਾਂ ਕਾਗਜ਼ ਪੇਸ਼ ਕਰ ਰਹੇ ਤੇ ਉਸ ਵਾਸਤੇ ਬਖਸ਼ੀ ਰਹੀਮ ਬਖਸ਼ਤਾਰ ਬਖਤ ਮੂਹਰੇ ਥਾਏ ਬਖਸ਼ੀ ਰਹੀਮ ਬਖਸ਼ ਤੇ ਤਾਂ ਨਹੀਂ ਨੰਗਾਰਿਆ ਗਿਆ ਨਾ ਉਹ ਛਿੱਟਿਆ ਗਿਆ ਨਾ ਉਹ ਕੁਛ ਕਰਿਆ ਬਖਸ਼ੀ ਰਹੀਮ ਬਖਸ਼ ਨੇ ਮਲਕ ਦੇ ਕੇ ਤੇ ਦੂਜੇ ਨੂੰ ਫੜਾ ਬੈਠੇ ਬਸ ਉਸਨੇ ਆਪਣੇ ਮਰੋੜ ਤਰੋੜ ਕਰਕੇ ਤੇ ਕਾਗਜ਼ ਛੱਡ ਮੂੰਹ ਚ ਪਾ ਉੱਧਰ ਝਗੜਾ ਹੁੰਦਾ ਰਿਹਾ ਤੇ ਬਹਿਸ ਹੁੰਦੀ ਰਹੀ ਵਕੀਲਾਂ ਦੀ ਤੇ ਉਹਨੇ ਆਪਣਾ ਕਾਗਜ਼ ਕਾਬੂ ਕਰਿਆ ਫਿਰ ਕਿਸੇ ਨੂੰ ਕਹਿੰਦੇ ਮੈਨੂੰ ਪਾਣੀ ਪੀ ਦਿੱਤਾ ਉਹਨਾਂ ਨੇ ਲਿਆਣ ਕੇ ਪਾਣੀ ਦਿੱਤਾ ਗਲਾਸ ਮਾ ਚੱਕ ਕਾਗਜ਼ ਨਿਭਾ ਫਿਰ ਰਾਜਾ ਬਰੀ ਹੋ ਗਿਆ ਤਾਂ ਅੰਗਰੇਜ਼ ਵਿੱਚ ਬਰੀ ਹੋ ਗਿਆ ਉਹ ਬੰਦੀ ਤਾਂ ਸਾਰਾ ਪਾਈਆਂ ਦੀਦੀ ਰਾਜ ਦੇ ਵਿੱਚ